ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਦੇ ਨਾਲ, ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ ਅਤੇ ਹਲਕਾ ਗੜਸ਼ੰਕਰ ਤੋਂ MLA ਨੇ। ਇਹਨਾਂ ਦਾ ਦਫ਼ਤਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਨੇੜੇ ਖਾਲਸਾ ਕਾਲਜ ਗੜਸ਼ੰਕਰ ਵਿਖੇ ਹੈ। ਜੈ ਕ੍ਰਿਸ਼ਨ ਸਿੰਘ ਰੋੜੀ ਜੀ ਪਿਛਲੇ 4 ਸਾਲਾਂ ਤੋਂ ਲੋਕਾਂ ਦੀ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਨੇ। ਕਹਿੰਦੇ ਨੇ ਕਿ ਇਹਨਾਂ ਕੋਲੋਂ ਕੋਈ ਵੀ ਇਨਸਾਨ ਕਿਸੇ ਵੀ ਮਕਸਦ ਲਈ ਆਇਆ ਉਹ ਕਦੀ ਖਾਲੀ ਹੱਥ ਨਹੀਂ ਮੁੜਿਆ। ਜੈ ਕ੍ਰਿਸ਼ਨ ਸਿੰਘ ਰੋੜੀ ਜੀ ਦਾ ਮੰਨਣਾ ਹੈ ਕਿ ਅਗਰ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਦਿੱਲੀ ਦੀ ਤਰਜ਼ ਦੇ ਪੰਜਾਬ ਵਿੱਚ ਵੀ ਪੂਰੀ ਤਰ੍ਹਾਂ ਵਿਕਾਸ ਕੀਤਾ ਜਾਏਗਾ ਔਰ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਆਮ ਆਦਮੀ ਦਾ ਖੂਬ ਭਲਾ ਹੋਵੇ। ਆਓ ਕਰਦੇ ਹਾਂ ਗੱਲਬਾਤ ਜੈ ਕ੍ਰਿਸ਼ਨ ਸਿੰਘ ਅਰੋੜੀ ਜੀ ਦੇ ਨਾਲ। ਬਿਲਕੁਲ, ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਗੜਸ਼ੰਕਰ ਦੇ MLA, ਜਿਹੜੇ ਕਿ MLA ਘੱਟ ਅਤੇ ਲੋਕਾਂ ਦੇ ਸੇਵਕ ਜ਼ਿਆਦਾ ਨੇ। ਅਸੀਂ ਦੇਖ ਸਕਦੇ ਹਾਂ ਕਿ ਸੁਬਹਾ ਤੋਂ ਲਾ ਕੇ ਸ਼ਾਮ ਤੱਕ ਤਾਤਾ ਜਿਹੜਾ ਹੈਗਾ ਲੱਗਿਆ ਹੁੰਦਾ ਲੋਕਾਂ ਦਾ। ਬਾਈ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ ਸਰ। ਵੀਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਐਜ਼ ਏ MLA ਸੇਵਾਵਾਂ ਦੇ ਰਹੇ ਹਾਂ, ਅਗਰ ਪੰਜਾਬ ਦੇ ਵਿੱਚ ਇਰਰਿਸਪੈਕਟਿਵ ਆਫ ਪਾਰਟੀ ਸਾਰੇ MLAs ਵੀ ਇੱਦਾਂ ਸੋਚਣ ਕਿ ਅਸੀਂ ਲੋਕਾਂ ਦੇ ਸੇਵਕ ਹਾਂ, ਅਸੀਂ ਲੋਕਾਂ ਦੇ ਲਈ ਆਏ ਹਾਂ, ਲੋਕਾਂ ਦਾ ਅਸੀਂ ਭਲਾ ਕਰਨਾ ਔਰ ਉੱਪਰੋਂ ਉਹਨਾਂ ਨੂੰ ਫੰਡਾਂ ਦੀ ਕੋਈ ਘਾਟ ਨਾ ਹੋਵੇ, ਕੀ ਕਰਨਾ ਚਾਹੋਗੇ ਕਿ ਪੰਜਾਬ ਸੋਨੇ ਦੀ ਚਿੜੀਆ ਜਿਹੜੀ ਹੈਗੀ ਆ ਫਿਰ ਤੋਂ ਦੁਬਾਰਾ ਬਣ ਜਾਊਗਾ, ਔਰ ਜੋ ਕਨਸੈਪਟ ਤੁਸੀਂ ਲੈ ਕੇ 2022 ਦੇ ਇਲੈਕਸ਼ਨਸ ਲੜ ਰਹੇ ਹੋ, ਕੀ ਕਰਨਾ ਚਾਹੋ? ਦੇਖੋ, ਪੰਜਾਬ ਦੇ ਵਿੱਚ ਕਿਸੇ ਵੀ ਚੀਜ਼ ਦੀ ਜਿਹੜੀ ਆ ਆਪਾਂ ਕਮੀ ਨਹੀਂ ਕਹਿ ਸਕਦੇ। ਪੰਜਾਬ ਦੇ ਜਿਹੜੇ ਲੋਕ ਆ ਉਹ ਮਿਹਨਤੀ ਨੇ, ਇੱਥੋਂ ਦੇ ਲੋਕ ਉੱਦਮੀ ਨੇ ਔਰ ਇੱਥੋਂ ਦੀ ਜਿਹੜੀ ਮਿੱਟੀ ਆ ਉਹ ਉਪਜਾਊ ਆ। ਇੱਥੇ ਜਿਹੜੇ ਆ ਪਰਮਾਤਮਾ ਵੱਲੋਂ ਦਿੱਤੀ ਹੋਈ ਬਖਸ਼ਿਸ਼ ਸਾਰੇ ਮੌਸਮ ਆ ਔਰ ਕਿਸੇ ਵੀ ਚੀਜ਼ ਦੀ ਆਪਾਂ ਕਮੀ ਨਹੀਂ ਮੰਨ ਸਕਦੇ। ਜੇਕਰ ਕਮੀ ਹੈ ਤਾਂ ਸਰਕਾਰਾਂ ਦੀਆਂ ਜਿਹੜੀਆਂ ਪੋਲਸੀਆਂ ਨੇ ਉਹਨਾਂ ਦੀ ਕਮੀ ਹੈ। ਜੇਕਰ ਪੰਜਾਬ ਦੇ ਵਿੱਚ, ਕਿਉਂਕਿ ਅੱਜ ਤੱਕ ਜਿੰਨੀਆਂ ਵੀ ਨੀਤੀਆਂ ਬਣੀਆਂ ਨੇ ਉਹ ਲੋਕ ਹਿੱਤ ਵਿੱਚ ਨਹੀਂ ਆਪਾਂ ਕਹਿ ਸਕਦੇ। ਜੇਕਰ ਜਦੋਂ ਤੱਕ ਲੋਕਾਂ ਦੇ ਹਿੱਤ ਦੇ ਵਿੱਚ ਪੋਲਸੀ ਨਹੀਂ ਬਣਦੀ ਉਦੋਂ ਤੱਕ ਜਿਹੜੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲਓ ਕਿ ਅਸੀਂ ਜਿਹੜਾ ਆਪਣੇ ਹਲਕੇ ਨੂੰ ਸੁਧਾਰਨਾ ਜਾਂ ਫਿਰ ਲੋਕਾਂ ਦੇ ਕੰਮ ਜਿਹੜੇ ਆ ਉਹ ਖੱਜਲ ਖੁਆਰੀ ਬੰਦ ਕਰਨੀ ਹੈ, ਕਿਉਂਕਿ ਇੱਕ ਸਿਸਟਮ ਬਣ ਚੁੱਕਿਆ। ਸਿਸਟਮ ਕੀ ਹੈ ਕਿ ਉੱਤੋਂ ਪੈਸੇ ਸ਼ੁਰੂ ਹੁੰਦੇ ਆ ਅਤੇ ਥੱਲੇ ਤੱਕ ਪਹੁੰਚਦੇ ਪਹੁੰਚਦੇ ਜਿਹੜੇ ਆ, ਜੇਕਰ ਉੱਪਰੋਂ 1000 ਚੱਲਦਾ ਤਾਂ 10-20 ਰੁਪਏ ਥੱਲੇ ਤੱਕ ਪਹੁੰਚਦੇ, ਕਰਪਸ਼ਨ ਮੰਨ ਲਓ ਜਾਂ ਫਿਰ ਜਿਹੜਾ ਹੋਰ ਜਿਹੜਾ ਅੱਜ ਤੱਕ ਸਪਰਸ਼ ਦੇ ਨਾਲ ਕੰਮ ਜਿਹੜਾ ਆ ਉਹ ਜਿਹੜਾ ਸਿਸਟਮ ਆਇਆ ਚੁੱਕਾ ਅੱਜ ਤੱਕ ਉਹ ਸਾਰਾ ਬਦਲਣ ਦੀ ਲੋੜ ਆ। ਦੇਖੋ, ਜਦੋਂ ਕੋਈ ਵੀ ਉਮੀਦਵਾਰ ਜਿਹੜਾ ਆ ਇਲੈਕਸ਼ਨ ਲੜਦਾ, ਕਿਉਂਕਿ ਉਮੀਦਵਾਰ ਕਿਹਨੂੰ ਕਿਹਾ ਜਾਂਦਾ? ਉਮੀਦਵਾਰ ਮੇਰੇ ਹਿਸਾਬ ਨਾਲ ਇਹ ਉਹ ਆ ਕਿ ਜਿਹਨੂੰ ਉਹਦੇ ਹਲਕੇ ਦੇ ਲੋਕਾਂ ਤੋਂ ਜਿਹਨੂੰ ਉਮੀਦਾਂ ਆ। ਔਰ ਗੜਸ਼ੰਕਰ ਤੋਂ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਔਰ ਗੜਸ਼ੰਕਰ ਦੇ ਹਲਕੇ ਦੇ ਜਿਹੜੇ ਆ ਵੋਟਰਾਂ ਅਤੇ ਸਪੋਰਟਰਾਂ ਨੇ, ਜਿਹੜੇ ਲੋਕਾਂ ਨੇ ਮੈਨੂੰ ਬੜੀ ਭਾਰੀ ਬਹੁਮਤ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚਾਇਆ। ਕਿਉਂਕਿ ਅਸੀਂ ਦੇਖਿਆ ਕਿ ਵੋਟਾਂ ਦੇ ਨੇੜੇ ਤੇੜੇ ਜਾਂ ਫਿਰ ਜਿਹੜੇ ਦਫ਼ਤਰ ਖੁੱਲ੍ਹਦੇ ਆ, ਦਫ਼ਤਰ ਕਦੋਂ ਖੁੱਲ੍ਹਦਾ? ਜਦੋਂ ਵੋਟਾਂ ਨੂੰ ਕੁਛ ਦਿਨ ਮਹੀਨਾ ਰਹਿ ਗਿਆ ਜਾਂ 4 ਮਹੀਨੇ ਰਹਿ ਗਏ, 6 ਮਹੀਨੇ ਰਹਿ ਗਏ। ਉਮੀਦਵਾਰ ਜਦੋਂ ਜਿੱਤਣ ਤੋਂ ਬਾਅਦ 2 ਤਰ੍ਹਾਂ ਦੇ ਕੰਮ ਹੁੰਦੇ ਆ, ਜਾਂ ਤਾਂ ਫਿਰ ਇੱਕ ਉਹ ਕੰਮ ਹੁੰਦੇ ਜਿਹੜੇ ਉਹਨੇ ਆਪ ਲੋਕਾਂ ਨਾਲ ਵਾਅਦੇ ਕੀਤੇ ਕਿ ਜੇਕਰ ਮੈਂ MLA ਬਣ ਗਿਆ ਤਾਂ ਮੈਂ ਤੁਹਾਡੀ ਸੇਵਾ ਦੇ ਵਿੱਚ ਆਹ ਕੰਮ ਆਪਣੇ ਵੱਲੋਂ ਕਰਾਂਗਾ ਅਤੇ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਆਹ ਵਾਲੇ ਕੰਮ ਜਿਹੜੇ ਆਪਣੀ ਸਰਕਾਰ ਤੋਂ ਕਰਾਵਾਂਗੇ। ਚਲੋ, ਪਹਿਲੀ ਵਾਰ ਲੜੇ ਹਾਂ, 20 ਸੀਟਾਂ ਜਿੱਤੇ ਹਾਂ ਅਸੀਂ, ਸਾਡੀ ਸਰਕਾਰ ਤਾਂ ਨਹੀਂ ਬਣ ਪਾਈ। ਸਰਕਾਰ ਨੇ ਜਿਹੜੀ ਪੋਲਸੀ ਅਸੀਂ ਦੇਣੀ ਸੀਗੀ ਜੀ ਕਿ ਹਰ ਘਰ ਨੂੰ ਬਿਜਲੀ ਮੁਫਤ, ਹਰ ਘਰ ਦੇ ਵਿੱਚ ਐਜੂਕੇਸ਼ਨ, ਹਰ ਘਰ ਦੇ ਵਿੱਚ ਹੈਲਥ, ਹਰ ਇਨਫਰਾਸਟ੍ਰਕਚਰ, ਇੰਪਲੋਇਮੈਂਟ, ਉਹ ਤਾਂ ਨਹੀਂ ਦੇ ਸਕੇ। ਪਰ ਮੈਂ ਜਦੋਂ MLA ਬਣਿਆ ਤਾਂ ਮੈਂ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਮੈਂ ਕੋਈ ਤਨਖਾਹਾਂ ਲੈਣ ਲਈ, ਕੋਈ ਪੈਨਸ਼ਨ ਲੈਣ ਲਈ MLA ਨਹੀਂ ਬਣਿਆ। ਜਿੰਨੀ ਵੀ ਸਰਕਾਰ ਵੱਲੋਂ ਮੈਨੂੰ ਤਨਖਾਹ ਆਉਂਦੀ ਉਹਦੇ ਵਿੱਚੋਂ ਮੈਂ ਆਪਣਾ ਹੋਰ ਪੈਸੇ ਪਾ ਕੇ, ਦਸਵੰਧ ਪਾ ਕੇ ਇੱਕ ਦਫ਼ਤਰ ਬਣਾਵਾਂਗਾ ਜਿੱਥੇ ਅਸੀਂ ਹੁਣ ਬੈਠੇ ਹਾਂ। ਇਹ ਦਫ਼ਤਰ ਆਪਣਾ ਪੂਰੀ ਵਿਧਾਨ ਸਭਾ ਦਾ ਸੈਂਟਰ ਬਣਦਾ, ਜਿਵੇਂ ਇੱਥੋਂ 20 ਕਿਲੋਮੀਟਰ ਮਾਨਪੁਰ ਹੈ, 20 ਕਿਲੋਮੀਟਰ ਹੀ ਆਖਰੀ ਪਿੰਡ ਜਿਹੜਾ ਆਪਣਾ ਬੀਤ ਏਰੀਏ ਦਾ ਪੈਂਦਾ, 9 ਕਿਲੋਮੀਟਰ ਸਿਮਲੀ ਪੈਂਦਾ, 9 ਕਿਲੋਮੀਟਰ ਸਾਡਾ ਗੱਜਰ ਇੱਧਰ ਪੈਂਦਾ, 5 ਕਿਲੋਮੀਟਰ ਸਾਨੂੰ ਕੁੱਕੜ ਮਜਰਾ, 5 ਕਿਲੋਮੀਟਰ ਸਾਨੂੰ ਸਮੁੰਦਰਾ, 5 ਦੇ ਕਰੀਬ ਅਲਾਚੌਰ, 5 ਦੇ ਕਰੀਬ ਸਾਨੂੰ ਚੌੜਾ। ਕਹਿਣ ਦਾ ਭਾਵ ਆਪਣਾ ਵਿਧਾਨ ਸਭਾ ਪੂਰੇ ਦੇ ਸੈਂਟਰ ਦੇ ਵੀ ਦਫ਼ਤਰ ਬੈਠੇ ਹਾਂ ਔਰ ਜਿਸ ਦਿਨ ਇਲੈਕਸ਼ਨ ਲੜਨਾ ਸ਼ੁਰੂ ਕੀਤਾ ਸੀ ਉਸੇ ਦਿਨ ਦਫ਼ਤਰ ਖੋਲ੍ਹ ਲਿਆ ਸੀ ਔਰ ਦੱਸਦੇ ਨੂੰ ਮੈਨੂੰ ਤਸੱਲੀ ਮਿਲ ਰਹੀ ਹੈ ਕਿ ਦਫ਼ਤਰ ਦਿਨ ਪਰ ਦਿਨ ਅਸੀਂ ਵੱਡਾ ਕਰਦੇ ਜਾ ਰਹੇ ਹਾਂ। ਕਿਉਂਕਿ ਲੋਕਾਂ ਨੂੰ ਜਿਹੜੀਆਂ ਪਹਿਲਾਂ ਤਾਂ ਕਿਉਂਕਿ ਇੱਕ ਸਮਾਂ ਲੱਗਦਾ, ਥੋੜ੍ਹਾ ਪਤਾ ਨਹੀਂ ਸੀਗਾ ਔਰ ਪਿਛਲੇ ਜਦੋਂ ਮੈਂ ਇਲੈਕਸ਼ਨ ਲੜਨਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਦਫ਼ਤਰ ਖੁੱਲ੍ਹਿਆ ਹੈ ਔਰ ਇਹ ਦਫ਼ਤਰ ਸੇਵਾ ਕੇਂਦਰ ਜਿਸਦੇ ਵਿੱਚ ਮੈਂ ਲਿਆ ਹੋਇਆ ਹੈ, ਇਸ ਦੇ ਵਿੱਚ ਜਿੰਨੀਆਂ ਵੀ ਸੁਵਿਧਾਵਾਂ ਨੇ, ਕਿਉਂਕਿ ਉਹਦੇ ਵਿੱਚ ਤੁਸੀਂ ਦੇਖੋ ਕਿ ਸ਼ਹਿਰ ਦੇ ਵਿੱਚ ਜਾ ਕੇ ਦੇਖੋ ਕਿ SDM ਦਫ਼ਤਰ ਦੇ ਨਾਲ ਸੇਵਾ ਕੇਂਦਰ ਹੈ, ਉੱਥੇ ਫੀਸ ਲਈ ਜਾਂਦੀ ਹੈ। ਇੱਥੇ ਅਸੀਂ ਕਿਸੇ ਵੀ ਕੰਮ ਦਾ ਕੋਈ ਵੀ ਪੈਸਾ ਨਹੀਂ ਲੈਣਾ, ਭਾਵੇਂ ਕਿਸੇ ਦਾ ਹੈਲਥ ਕਾਰਡ ਹੈ ਉਹ, ਭਾਵੇਂ ਅਸੀਂ ਆਪਣੇ ਕੋਲੋਂ ਪੈਸੇ ਦਿੰਦੇ ਹਾਂ, ਕਿਸੇ ਦਾ ਪੈਨਸ਼ਨ ਦਾ ਕੰਮ ਹੈ,
किसी दाने वाले कार्ड का काम है जां होर कोई सेवावां जिहड़ियां भी क्योंकि सरकार वालों कई सेवावां जिहड़ियां दित्तियां जांदियां पर लोगों तक पहुँच नहीं पाउंदियां जिवें लेबर कार्ड है असीं मैं अपनी जेब के विचों परमात्मा की कृपा के नाल मैनूं इस गल्ल तसल्ली है कि जो सरकार वालों तनखाह मिलती उहदे विचों होर दसवंध पा के असीं ये दफ्तर चलाया हुआ और इस दफ्तर के जिन्ने भी बच्चे अपने को तनखाह दे दी उन्होंने और मन को कितने ना कितने जी तसली जरूर मिलती है। कई बार लोग मैं सवाल करते हैं कि तैनू एम एल ए बन के की मिले मैं उन्होंने समझा कि मैं एम एल ए बन के जी एक सैटिस्फैक्शन मिली है कि क्योंकि जो घरों बंदा चलता तो मन में कुछ सोच के चलता यार मैं कितने जावा जो कोई दिक्कत आती जो काम आता जो घरों चलता तो घरों चलने वेले वो दिमाग में एक फोटो आती है तो वो फोटो वाले बंद के कोल जो पहुँचता है तो उन्होंने उत्थे मूहे निराशा मिल जाए जो काम ना हो सुभा जो बूटा लैन वेले होर बाद काम वेले होर हो बंदे मन बड़ा दुख लगता पर जो साढ़े कोई काम आता तो असं जो क्योंकि सारे काम तो कभी हो नहीं सकते परमात्मा भी नहीं कर सकता असी कोशिश करी दी अपने वालों हर एक जायज काम जो बंदा लेके आया उन्होंने करन की कोशिश करी दी सच्चे दिल और जो काम हों तो यानी कि चेहरे की जी मुस्कुराहट होंगी है वह मन दिल में बड़ा सुकून दिंदी। देखो जिहड़ा अज तक का रवायती पार्टियों का सिस्टम रहा तुहानू पता है जेकर तहसीलदार लगना एस एच ओ लगना या कोई होर लगना तो उन्होंने बड़ी मोटी रकम दे के जिहड़ा आ हलका इंचार्ज भावें कोई एम एल ए जिहड़े सरकार दे अज तक रवायती पार्टी रहे हैं क्योंकि यह गल किसी तो लुकी छिपी नहीं है वो देके लगते जो देके लगते तो करप्शन भी करनगे। आम आदमी पार्टी ने पहले दिन एक गल कही सी कि असी राजनीति करन नहीं असी राजनीति बदलना है और बड़े माण नाल मैं गल कह सकदा कि अज तक हल्के की सेवा करदे ने मैनू लगभग 4 साल बीत गए ने कोई एक भी बंदा ये नहीं कह सकता कि रोड़ी ने साडे कोल चाह दा कप पीता प्यार दे नाल प्रशादा भी छका दिंदे ने घर अपने पर यह है कि अज तक किसी का जिहड़ा भी कोई काम करवाया असी अज तक अपने बंदे नूं कहा कि असी जिहड़ा ना तुसीं किसी नूं पैसा देना और ना किसी तों पैसा लेना क्योंकि चंगे अफसर भी बहुत ने साडे ਆਪਾਂ ਕਹਿ ਲਓ ਕਿ ਵਾਕਫੀਤ ਹੈਗੇ ਨੇ ਉਹ ਬੜੀ ਇਮਾਨਦਾਰੀ ਨਾਲ ਕੰਮ ਕਰਦੇ ਨੇ ਪਰ ਕੁਝ ਬੰਦੇ ਹੈਗੇ ਨੇ ਜਿਹਨਾਂ ਨੂੰ ਕਰਪਸ਼ਨ ਦੀ ਜਿਹੜੀ ਲੱਤ ਲੱਗ ਚੁੱਕੀ ਹੈ ਭਾਵੇਂ ਗੜਸ਼ੰਕਰ 'ਚ ਕੋਈ ਪੁਲਿਸ ਵਾਲੇ ਨੂੰ ਫੜਨਾ ਜਿਹੜਾ ਰਿਸ਼ਵਤ ਲੈ ਰਿਹਾ ਭਾਵੇਂ ਕੋਈ ਬੀ ਡੀ ਓ ਦਫ਼ਤਰ ਦੇ ਵਿੱਚ ਕੋਈ ਰਿਸ਼ਵਤ ਲੈ ਰਿਹਾ ਭਾਵੇਂ ਕੋਈ ਹੋਰ ਜਿਹੜੇ ਰਿਸ਼ਵਤ ਲੈ ਰਹੇ ਨੇ ਅੱਜ ਤੱਕ ਜਿਹਨੇ ਵੀ ਮੇਰੇ ਨਾਲ ਸੰਪਰਕ ਕਰ ਲਿਆ ਅਸੀਂ ਉਹਦਾ ਪੈਸਾ ਲੱਗਣ ਨਹੀਂ ਦਿੱਤਾ। ਚਲੋ ਹੁਣ ਬਾਕੀ ਜਾਣੀ ਕਿ ਕਿਉਂਕਿ ਸਰਕਾਰ ਨਹੀਂ ਹੈ ਹਰੇਕ ਜਗ੍ਹਾ ਹੀ ਸਿਸਟਮ ਬੜਾ ਕਲਪਸ ਹੋ ਚੁੱਕਿਆ ਜਿੱਥੋਂ ਵੀ ਹੱਥ ਪਾਓ ਉਹ ਜਿਹੜਾ ਪੂਰਾ ਡਿੱਗਣ ਨੂੰ ਫਿਰਦਾ ਹੈ ਟੇਬਲ ਨੂੰ ਜਿਵੇਂ ਸਿਉਂਕ ਲੱਗੀ ਹੋਵੇ ਪੂਰਾ ਖਤਮ ਹੋ ਚੁੱਕਿਆ ਪੰਜਾਬ ਇੱਕ ਤਰ੍ਹਾਂ ਤੋਂ ਕਰਪਸ਼ਨ ਦੇ ਵਿੱਚ ਕਿਉਂਕਿ ਇੱਕ 3,000 ਰੁਪਇਆ ਕਮਾਉਣ ਵਾਲੇ ਬੰਦੇ ਤੋਂ ਜਦੋਂ 5,000 ਰੁਪਇਆ ਰਿਸ਼ਵਤ ਮੰਗੀ ਜਾਂਦੀ ਹੈ ਤਾਂ ਉਹਦੇ ਕੀ ਹਾਲਾਤ ਹੁੰਦੇ ਤੁਸੀਂ ਗੱਲ ਸਮਝਦੇ ਹੋ। ਪਰ ਸਾਡੀ ਇੱਕ ਕੋਸ਼ਿਸ਼ ਕਿ ਅਸੀਂ ਸਾਫ਼ ਸੁਥਰਾ ਜਿਹੜਾ ਪੰਜਾਬ ਨੂੰ ਇੱਕ ਪ੍ਰਸ਼ਾਸਨ ਇੱਕ ਸ਼ਾਸਨ ਦੇ ਸਕੀਏ ਜਿਹਦੇ ਵਿੱਚ ਆਮ ਲੋਕਾਂ ਦੀ ਪੁੱਛ ਪੜਤਾਲ ਹੋਵੇ ਔਰ ਬਿਨਾਂ ਸਪਰਸ਼ ਦਾ ਕੰਮ ਹੋਵੇ। ਦੇਖੋ ਸਪਸ਼ਟ ਗੱਲ ਆ ਕਹਿੰਦੇ ਜੇਕਰ ਤੁਹਾਡੇ ਪੱਲੇ ਸੱਚ ਤਾਂ ਕੋਠੀ ਚੜ੍ਹ ਕੇ ਨੱਚ। ਜਦੋਂ ਅਸੀਂ ਕਰਪਸ਼ਨ ਕੋਈ ਕੀਤੀ ਨਹੀਂ ਮਾੜਾ ਕਿਸੇ ਦਾ ਕੀਤਾ ਨਹੀਂ ਪਰਚਾ ਗਲਤ ਕਿਸੇ ਦੇ ਕਰਾਇਆ ਨਹੀਂ ਸਾਡਾ ਕੀ ਕਰੋਗੇ ਸਾਡਾ ਕੀ ਕਰ ਲਓਗੇ ਸਾਨੂੰ ਅਸੀਂ ਤਾਂ ਇਹ ਆ ਕਿ ਸਵੇਰੇ 6 ਵਜੇ ਮੈਂ ਆਪਣੇ ਦਫ਼ਤਰ ਬੈਠਦਾ ਔਰ ਰਾਤ ਨੂੰ 9 ਵਜੇ ਮੈਂ ਆਪਣੇ ਬੈਡਰੂਮ 'ਤੇ ਜਾਂਦਾ ਵਾਪਸ। ਕਹਿਣ ਦਾ ਭਾਵ ਇਹ ਹੈ ਕਿ ਆਪਾਂ ਤਾਂ ਲੋਕਾਂ ਨੂੰ ਸਮਰਪਿਤ ਹਾਂ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਰਾਜਨੀਤੀ 'ਚ ਆਉਣਾ ਜਾਂ ਇਸ ਮੁਕਾਮ 'ਤੇ ਪਹੁੰਚਣਾ। ਇਹ ਮੇਰੇ ਹਲਕੇ ਦੇ ਲੋਕਾਂ ਦੀ ਮੇਰੇ ਜਿਹੜੇ ਮੇਰੇ ਸਾਥੀ ਨੇ ਮੇਰੇ ਪਾਰਟੀ ਦੇ ਵਲੰਟੀਅਰ ਨੇ ਸਾਡੇ ਵੋਟਰ ਸਪੋਰਟਰ ਨੇ ਉਹਨਾਂ ਦੀ ਮਿਹਨਤ ਹੈ ਕਿ ਉਹਨਾਂ ਨੇ ਮੇਰੀ ਕਦੀ ਪਿੱਠ ਲੱਗਣ ਨਹੀਂ ਦਿੱਤੀ। ਅੱਜ ਵੀ ਉਹਨਾਂ ਦੇ ਹੌਸਲੇ ਨਾਲ ਉਹਨਾਂ ਦੇ ਜਿਹੜੇ ਪਰ ਉਹਨਾਂ ਨਾਲ ਅਸੀਂ ਉੱਠਦੇ ਹਾਂ ਔਰ ਮਨ ਦੇ ਵਿੱਚ ਜਦੋਂ ਤੁਹਾਡੀ ਸੱਚਾਈ ਹੋਵੇ ਤੁਹਾਡੀ ਕੁਝ ਝੂਠ ਨਾ ਹੋਵੇ ਫਿਰ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਗੱਲ ਪੁੱਛ ਲਓ। ਦੇਖੋ ਲੀਡਰ ਕਿਸੇ ਦੇ ਬਣਾਇਆ ਨਹੀਂ ਬਣਦਾ ਲੀਡਰ ਲੋਕ ਬਣਾਉਂਦੇ ਨੇ। ਜਦੋਂ ਤੁਸੀਂ ਲੋਕਾਂ ਦੇ ਵਿੱਚ ਰਹਿੰਦੇ ਹੋ ਲੋਕਾਂ ਦੀ ਸੇਵਾ ਵਿੱਚ ਰਹਿੰਦੇ ਹੋ ਲੋਕ ਤੁਹਾਨੂੰ ਆਪਣਾ ਲੀਡਰ ਮੰਨਣ ਕਿਉਂਕਿ ਗੱਲ ਕਿੱਥੇ ਖੜੀ ਆ। ਜ਼ਰੂਰੀ ਨਹੀਂ ਕਿ ਤੁਸੀਂ ਐੱਮ ਐੱਲ ਏ ਹੀ ਬਣ ਕੇ ਲੀਡਰ ਬਣ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਵੋਟਾਂ ਪੈ ਕੇ ਹੀ ਲੋਕਾਂ ਦੇ ਲੀਡਰ ਬਣ ਸਕਦੇ ਹੋ। ਜਦੋਂ ਕਿਸੇ ਦੇ ਮਨ ਵਿੱਚ ਆ ਗਿਆ ਕਿ ਯਾਰ ਮੈਂ ਅੱਜ ਦਿੱਕਤ ਵਿੱਚ ਹਾਂ ਅਤੇ ਮੈਂ ਕਿਹਦੇ ਕੋਲ ਜਾਵਾਂ ਜਿਹਦੇ ਮਨ 'ਚ ਉਹਦੀ ਫੋਟੋ ਆ ਗਈ ਜਿਹਦੇ ਬਾਰੇ ਉਹ ਸੋਚਦਾ ਕਿ ਮੇਰਾ ਫਲਾਨਾ ਬੰਦਾ ਮੇਰਾ ਜਿਹੜਾ ਇਸ ਕੰਮ ਤੋਂ ਛੁਟਕਾਰਾ ਦਵਾ ਸਕਦਾ ਮੇਰੀ ਮਦਦ ਕਰ ਸਕਦਾ ਤਾਂ ਫਿਰ ਉਹ ਬੰਦੇ ਨੂੰ ਜਿਹੜੇ ਲੋਕ ਲੀਡਰ ਬਣਾਉਂਦੇ ਨੇ ਲੋਕ ਨੇਤਾ ਬਣਾਉਂਦੇ ਨੇ ਔਰ ਸਾਡੀ ਪਾਰਟੀ 'ਤੇ ਮੈਨੂੰ ਮਾਣ ਹੈ ਕਿ ਉਹਨਾਂ ਨੇ ਮੈਂ ਟਿਕਟ ਅਪਲਾਈ ਨਹੀਂ ਕੀਤੀ ਸੀਗੀ ਅਤੇ ਪਹਿਲਾਂ ਵੀ ਜਿਹੜਾ ਆ ਕਿਉਂਕਿ ਪਾਰਟੀ ਨੇ ਸਭ ਤੋਂ ਪਹਿਲਾਂ ਮੈਨੂੰ ਬੂਥ ਦਾ ਇੰਚਾਰਜ ਲਾਇਆ ਫਿਰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਯੂਥ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਔਰ 2017 ਦੇ ਵਿੱਚ ਬਿਨਾਂ ਅਪਲਾਈ ਕੀਤੇ ਉਹ ਘਰੋਂ ਸੱਦ ਕੇ ਮੈਨੂੰ ਟਿਕਟ ਦਿੱਤੀ ਆ। ਹੁਣ ਵੀ ਮੈਨੂੰ ਪਾਰਟੀ ਜਿੱਥੇ ਜੇਬਾ ਜਿਹੜੀ ਵੀ ਦੇ ਰਹੀ ਹੈ ਅਸੀਂ ਤਨਦੇਹੀ ਨਾਲ ਨਿਭਾ ਰਹੇ ਹਾਂ ਔਰ ਅੱਗੇ ਤੋਂ ਵੀ ਜਿਹੜੀ ਦੇਵੇਗੀ ਤਨਦੇਹੀ ਨਾਲ ਨਿਭਾਵਾਂਗੇ। ਯੂ ਆਰ ਐਨ ਇੰਸਟੀਟਿਊਸ਼ਨ ਬੜਾ ਲੰਬੇ ਡਾਟੇ ਆ ਔਰ ਅਸੀਂ ਜਾਵਾਂਗੇ ਇਸ ਚੈਨਲ ਦੇ ਮਾਧਿਅਮ 'ਤੇ ਜੈ ਕਿਸ਼ਨ ਰੋੜੀ ਜੀ ਵਰਗੇ ਜਿਹੜੇ ਹੋਣਹਾਰ ਹਿੰਮਤੀ ਬੰਦੇ ਆ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਕੰਮ ਜਿਹੜੇ ਸ਼ੁਰੂ ਕਰਦੇ ਆ ਉਹ ਇਨਸਾਨ ਇਸ ਸੱਤਾ ਦੇ ਵਿੱਚ ਵੀ ਆਉਣ ਔਰ ਪਰਮਾਤਮਾ ਦੇ ਜਿਹੜੇ ਬਣਾਏ ਲੋਕ ਨੇ ਜਿਨ੍ਹਾਂ ਨੇ
ਲੋੜਵੰਦਾਂ ਦੇ ਲਈ ਅੱਜ ਕੋਈ ਵੀ ਮਸੀਹਾ ਬਣ ਕੇ ਨਹੀਂ ਆ ਰਿਹਾ, ਉਹ ਵੀ ਮਸੀਹਾ ਬਣ ਕੇ ਐਸੇ ਜਿਹੜੇ ਹੈਗੇ ਆ ਸੇਵਾ ਦੇ ਪੁੰਜ ਬਣ ਕੇ ਫਿਰ ਦੁਆਰਾਂ ਤੋਂ ਖੜਨ, ਔਰ ਪਰਮਾਤਮਾ ਕਰੇ ਕਿ ਇਹਨਾਂ ਨੂੰ ਕਾਮਯਾਬੀ ਮਿਲੇ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਧੰਨਵਾਦ ਜੀ।